ਮੈਂ ਕਿਹਾ ਰਾਜੂ ਕਿਵੇਂ ਥੱਲੇ ਬੈਠਾ ਹੀ ਆਂਦਾ ਭਰਾਵਾ ਆਂਦਾ ਪੁੱਛ ਨਾ ਮੈਨੂੰ ਦਿਖਦਾ ਘਾਟ ਮੈਂ ਕਿੰਨਾ ਘਾਟ ਦਿਖਦਾ ਆਂਦਾ ਧੁੰਦ ਲੱਗ ਦਿਖਦਾ ਹੈ ਆਂਦਾ ਮੇਰੇ ਕੋਲ ਬੰਦਾ ਲੰਘੇ ਲੰਘੇ ਬਹੁਤ ਜੇ ਲੰਘਾ ਪੂਰਾ ਪਤਾ ਨਹੀਂ ਲੱਗਦਾ ਵੀ ਮੈਨੂੰ ਕੰਮ ਨਹੀਂ ਲਾਦਾ ਮੈਂ ਚੱਲ ਮੈਂ ਲਵਾ ਦੇਣਾ ਮਨੀਮ ਆ ਗਿਆ ਛੇਲਰ 'ਚ ਬੰਦੇ ਲੈਣ ਮੈਨੂੰ ਆਂਦਾ ਕੇਵਲ ਦੋ ਬੰਦੇ ਚਾਹੀਦੇ ਨੇ ਮੈਨੂੰ ਵਿਚਾਲੇ ਪਾ ਲਿਆ ਮਗਰ ਮੈਂ ਬਹਿ ਗਿਆ ਅਤੇ ਮਨੀਮ ਨੂੰ ਕੀ ਪਤਾ ਨਹੀਂ ਦਿਖਦਾ ਕਿ ਨਹੀਂ ਦਿਖਦਾ ਉਹ ਆਂਦਾ ਦੋ ਬੰਦੇ ਲਈ ਨੇ ਛੇਲਰ 'ਚ ਅਗਾਂਹ ਲੈ ਗਿਆ ਛੇਲਰ 'ਚ ਮੈਨੂੰ ਰਾਤ ਚਾਨਣ ਅਤੇ ਉਹਨੂੰ ਲੈ ਕੇ ਨੇਰੇ 'ਚ ਹੈਗਾ ਉਹ ਨੇਰੇ 'ਚ ਅੱਗੇ ਘਾਟ ਦਿਖਦਾ ਮਨੀਮ ਆਂਦਾ ਲਿਆ ਕਈ ਚੁੱਕ ਤੇ ਪੈਰ ਪੂਰ ਲਾਉਂਦਾ ਫਿਰ ਆਂਦਾ ਬਾਊ ਜੀ ਕੋਈ ਇੱਕ ਹੀ ਨਹੀਂ ਲੱਭੇ ਅਤੇ ਆਂਦਾ ਇਹ ਘਰ ਅੰਦਰ ਕੁੰਡੀਆਂ ਲਾ ਲਿਆ ਅਤੇ ਮਸ਼ੀਨਾਂ ਆਂਦਾ ਬਾਊ ਜੀ ਲੱਗ ਗਿਆ ਕੁੰਡੀਆਂ ਮਸ਼ੀਨਾਂ ਚੱਲ ਗਿਆ ਦੂਜਾ ਉਹ ਬਿਲ ਵਿੱਚ ਹੀ ਭੂਗੇ ਤੇ ਪਿਆ ਰਿਹਾ ਉਹਨੂੰ ਦਿਸੇ ਤਾਂ ਅੰਦਰ ਜਾਵੇ ਮਨੀਮ ਆਇਆ ਕਹਿੰਦੇ ਪਤਾ ਤਾਂ ਬਾਈ ਲਾਈਆਂ ਤਾਰਾਂ ਆਂਦਾ ਲਾਈਆਂ ਦੇਖਣ ਪਤਾ ਡਗ ਡੁਗ ਪਈਆਂ ਕੀ ਗੱਲ ਮੇਰੇ ਕੋਲ ਫੜ ਲਿਆ ਆਂਦਾ ਨੇ ਪੰਜ ਰੁਪਏ ਕਰਾ ਦਿੱਤਾ ਨਾ ਟੈਂਕ ਚੜਾ ਦੇ ਗਏ ਮੈਂ ਕਿਹਾ ਰਾਜੂ ਆਪਣਾ ਕੰਮ ਨਹੀਂ ਚੱਲਣਾ ਆਪਾਂ ਨਾ ਆਲੂ ਪਿਆਜ਼ ਰੇਹੜੀ ਲਾਈਏ ਤੈਨੂੰ ਵਿਚਾਰੇ ਨੂੰ ਘੜ ਦਿਖਦਾ ਤੂੰ ਮੇਰੀ ਸ਼ਰਟ ਸ਼ੁਰਟ ਫੜੀ ਕਰੀ ਮਗਰੋਂ ਵੀ ਚੱਲ ਆਵਾਜ਼ ਹੋਈ ਮਾਰ ਮੈਂ ਰੇਹੜੀ ਤੱਕਾਂ ਦਾ ਅਤੇ ਉਹ ਆਵਾਜ਼ ਪਤਾ ਕਿਵੇਂ ਮਾਰੇ ਇਕੱਲੇ ਆਲੂ ਅਤੇ ਪਿਆਜ਼ ਗਏ ਸਾਡੇ ਕੋਲ ਉਹ ਆਵਾਜ਼ ਮਾਰੇ ਆਲੂ ਲੈ ਪਿਆਜ਼ ਲੈ ਕਿੰਨੂ ਲੈ ਮਾਲਟੇ ਲੈ ਸੰਤਰੇ ਲੈ ਮੈਂ ਕਿਹਾ ਆਪਾਂ ਠੁੱਕਣ ਦੀਆਂ ਇਹ ਆਪਣੇ ਕਿੰਨੂ ਮਾਲਟ ਕੇ ਤੇ ਗਏ ਨੇ ਇਕੱਲੇ ਆਲੂ ਅਤੇ ਪਿਆਜ਼ ਗਏ ਨੇ ਆਪਣੇ ਕੋਲ ਉਹ ਨਾ ਕੰਮ ਚੱਲਾ ਮੈਂ ਕਿਹਾ ਰਾਜ ਤੂੰ ਗੋਲਗੱਪੇ ਦਾ ਕੰਮ ਕਰ ਕਿਸੇ ਕੋਲ ਰੇਹੜੀ ਖਲੀ ਗੋਲਗੱਪੇ ਮੈਂ ਫੋਨ ਲਾਉਣਾ ਮੈਂ ਰਿਸ਼ਤੇਦਾਰਾਂ ਨੂੰ ਫੋਨ ਲਾਇਆ ਮੈਂ ਤੁਹਾਡੇ ਕੋਲ ਰੇਹੜੀ ਖਲੀ ਗੋਲਗੱਪੇ ਵਾਲੀ ਆਉਂਦੇ ਰੇਹੜੀ ਖਲੀ ਅਗਲਾ ਚੱਕਾ ਕੋ ਨਹੀਂ ਗਾਇਕ ਮੈਂ ਕਿਹਾ ਚਲੋ ਲਈ ਆਉਂਦੇ ਅਸੀਂ ਦੁੱਲੇ ਕੁਝ ਨਾ ਉਹ ਭਰ ਲਈ ਟਾਇਰ 'ਚ ਫੁੱਲ ਕਿਉਂਕਿ ਰੇਹੜੀ ਲੈਣ ਚੱਲੇ ਸੀ ਨਾ ਅਤੇ ਜਲਾਲਾਬਾਦ ਛੋਟੀ ਪਾਸ ਚੜ੍ਹੇ ਜਿਹਨੂੰ ਕੱਢ ਦਿੱਤਾ ਉਹਨੂੰ ਪਾਤਾ ਮੈਂ ਵਿਚਾਲੇ ਚੱਕਾ ਰੱਖੀ ਬੇਟਾ ਕੰਡਕਟਰ ਆ ਗਿਆ ਮੈਨੂੰ ਆਂਦਾ ਪਰਾ ਕਰ ਚੱਕਾ ਕਿਤੇ ਲਈ ਫਿਰਨੇ ਮੈਂ ਕਿਹਾ ਨਿਵੇਚਰ ਨੇ ਕਿਤੇ ਜਾਣਾ ਹੈ ਉਹਨੇ ਕੰਢ ਕੀਤੀ ਮਗਰੂ ਪਟਾਕਾ ਮਾਰ ਗਿਆ ਠਾ ਡਰਾਈਵਰ ਫਸਟ ਹਾਲ ਤੇ ਭੱਜ ਗਿਆ ਜਨਾਨੀ ਮੁੱਕ ਤੇ ਮੁੱਕ ਮੈਨੂੰ ਬੜੀ ਠੁੱਕੀ ਗਈ ਉਹ ਆਖਣ ਵਿੱਚ ਬੰਬ ਲਈ ਫਿਰਦੇ ਨੇ ਪਟਾਕੇ ਉਹ ਮੈਂ ਕਿਹਾ ਭੈਣਾਂ ਟਾਇਰ ਨੇ ਪਟਾਕਾ ਮਾਰਿਆ ਹੈ ਜਿਹਨੂੰ ਕੱਢ ਦਿੱਤਾ ਉਹ ਤਾਂ ਗਲਮੇ ਫੜੀ ਖਲੀਆਂ ਮੈਂ ਕਿਹਾ ਭੈਣਾਂ ਨੂੰ ਕੱਢ ਦਿੱਤਾ ਆਉਂਦੀ ਉਹਨੇ ਦਿਸਣ ਲੱਗ ਪਏ ਜੋ ਨਾ ਗਏ ਅਸੀਂ ਨੇ ਟਾਇਰ ਟੁਰ ਪਾ ਕੇ ਰੇਹੜੀ ਵਾਪਸ ਲਈ ਜਾਂਦੇ ਸੀ ਮੈਂ ਕਿਹਾ ਰਾਜੂ ਰੋਡ ਦੇ ਚਿੱਟੀ ਪੱਟੀ ਦੀਦੀ ਹੱਥ ਧੁੰਦ ਨਹੀਂ ਦਿਖਦੀ ਗੇ ਮੈਂ ਵਿਚਾਲਾ ਚੱਕਾ ਉੱਤੇ ਤੋਂ ਲਈ ਚੱਲ ਚਲਾ ਲਈ ਜਾਂਦਾ ਯਕਦਮ ਗਾਂ ਆ ਗਈ ਰੇਤੇ ਵਾਲੇ ਖੱਡਾਂ ਨੂੰ ਰੇਹੜੀ ਲਾ ਦਿੱਤੀ ਉਵੇਂ ਆ ਕੇ ਕੱਪੜੇ ਕੁਪੜੇ ਛਾੜ ਤੇ ਕਰੇ ਗਏ ਉਵੇਂ ਸਾਨੂੰ ਵਿਆਹ ਵਾਲੇ ਆ ਕੇ ਲੈਣ ਉਹ ਵਿਆਹ ਹੈਗਾ ਸੀ ਆਪਣੀ ਕੰਪਨੀ ਵਾਲਾ ਲੱਗ ਰਹੇ ਅਤੇ ਉਹ ਪ੍ਰਗਟ ਸਾਹਿਬ ਕੋਲ ਬਰਾਤ ਗਈ ਉੱਥੇ ਨਾ ਮਿਲ ਨਹੀਂ ਕਰਨ ਵਾਲੇ ਉਤਰ ਗਏ ਅਤੇ ਪਰੂ ਠੰਡੇ ਕੈਪਸੀਆਂ ਲਾਈ ਬੈਠੇ ਵੈਟਰ ਅਤੇ ਆ ਕੇ ਜਾਣਾ ਮਿਲ ਨਹੀਂ ਕਰਨ ਵਾਲੇ ਮੈਂ ਵੇਖਾਂ ਬਰਾਤ ਉਤਰਦੀ ਪਈ ਸੀ ਮੈਂ ਵੇਖਾਂ ਮਾਖੂ ਬੜਾ ਤਗੜਾ ਉੱਥੇ ਲੱਗਾ ਖੜਾ ਹੈ ਢੋਲ ਤਾਂ ਵਜਾਉਣਾ ਹੀ ਪੈਣਾ ਹੈ ਮੈਂ ਮਾਰੀ ਢੋਲ ਦੀ ਸਾਡੇ ਮਾਖੂ ਦੀ ਖਾਮ ਡਿਆ ਗਈ ਉੱਥੋਂ ਬਰਾਤੀਆਂ ਦੇ ਮਗਰ ਲੱਗ ਗਿਆ ਕਿਤੇ ਕੰਨ ਤੋਂ ਲੜਾ ਨੱਕ ਤਾਂ ਹੀ ਲੱਗਣ ਬੰਦੇ ਜੇ ਬਨਾਵਟੀ ਦਾ ਫਿਰ ਬੰਦੇ ਨਾ ਪਛਾਣੇ ਜਾਣ ਕਿੰਦੀ ਮਿਲਣੀ ਕਰਾਣੀ ਕਿੰਦੀ ਨਹੀਂ ਇੱਕ ਮੇਲਿਆਂ ਦਾ ਕੱਢੋ ਢੋਲ ਲੈਣ ਭਾਰ ਮੈਂ ਮੇਰੇ ਕੱਲ੍ਹ ਪਾਉਣ ਗਾਰੇ ਉਹਨਾਂ ਮੇਰੀ ਮਿਲਣੀ ਕਰਾਈ ਫਾੜ ਫੂੜ ਦੇ ਬੈਟਰ ਨਾਲ ਟੈਂਟ ਵਾਲਿਆਂ ਨਾਲ ਮੈਨੂੰ ਪੈਂਟ ਕੋਟ ਦਿੱਤਾ ਉਹਨਾਂ ਨੇ ਇਸ ਮੁੰਡੇ ਦੀ ਮਿਲਣੀ ਫਾਂਦਿਆਂ ਨਾਲ ਕਰਾਈ ਨਾ ਮੇਰੇ ਕੱਲ੍ਹ ਅਸੀਂ ਆ ਗਏ ਵਾਪਸ ਆਏ ਉਹਨਾਂ ਨੇ ਸਾਨੂੰ 5 ਕਿਲੋ ਮਠਿਆਈ ਦਿੱਤੀ ਵੀ ਰਸਤੇ ਵਿੱਚ ਵੰਡ ਲਾਉ ਦੇ ਅਸੀਂ ਵੰਡਦੇ ਪਏ ਸੀ ਇੱਕ ਸ਼ਰਾਬੀ ਮੋਟਰਸਾਈਕਲ ਲਈ ਆ ਬੜਾ ਤੇਜ਼ ਉਹਨੇ ਸਾਡੇ ਵਿੱਚ ਮਾਰਾ ਲਿਆ ਦੇ ਮੋਟਰਸਾਈਕਲ ਦੇ ਐਂਗਲ 'ਚ ਵਿੰਗੀ ਹੋ ਗਈ ਮੇਰੀ ਲਾਤ ਲ ਵੱਜੇ ਟਾਇਰ ਮੈਂ ਕਣਕਾਂ 'ਚ ਵੱਜਾ ਫਿਰ ਜਿਹਨੂੰ ਕੱਢਤੀ ਤਾਂ ਉਹ ਡਿੱਗ ਪਿਆ ਮੈਂ ਕਿਹਾ ਰਾਜੂ ਠੀਕ ਆ ਤਾਂ ਹੈਗਾ ਤੇ ਠੀਕ ਆਂਦਾ ਲੱਤ ਨਹੀਂ ਸਿੱਧੀ ਹੁੰਦੀ ਬਈ ਢਾਣੀਆਂ ਦੇ ਮੁੰਡੇ ਆਏ ਮੁੰਡਿਆਂ ਨੇ ਚੱਕਾ ਸਾਨੂੰ ਉਹਨਾਂ ਪਰਾਲੀ ਲਿਆਂਦੀ ਪਾਲਾ ਸਕਾਇਆ ਮੰਜਾ ਲਿਆਂਦਾ ਦੁੱਧ ਲਿਆਂਦਾ ਗਰਮ ਕਰਤੇ ਸਾਨੂੰ ਚਮਚਾ ਨਾਲ ਦੁੱਧ ਪਾਇਆ ਉਹਨਾਂ ਨੇ ਬੰਦੇ ਬੜੇ ਵਧੀਆ ਸੀ ਅਤੇ ਜਿਹਨੇ ਮੋਟਰਸਾਈਕਲ ਮਾਰੋ ਛਾਪਲਾ ਪਿਆ ਮੈਂ ਆਪਣੇ ਪਤੇ ਲੱਗ ਗਿਆ ਦੋ ਕੁ ਮਿੰਟ ਬਾਅਦ ਵੀਡੀਓ ਮਨ ਲੱਗਾ ਖਲਾ ਮੈਂ ਬਚ ਗਿਆ ਉਵੇਂ ਪਤਾ ਨਹੀਂ ਕਿੰਨੇ ਸੱਟਾ ਫੂਨ ਲੈਂਬੂ ਲਸੋਵੇਂ ਆ ਗਈ ਉਹ ਬਾਦਲ ਵਾਲੀ ਉਹ ਆਂਦੇ ਨੇ ਤੁਹਾਨੂੰ ਮਖੂ ਲਿਜਾਣਾ ਮੈਂ ਕਹਿੰਦੀ ਵੀਰੇ ਸਾਨੂੰ ਦੁੱਲੇ ਕੇ ਛੱਡੋ ਐਚ ਡੀ ਬੋਲਦੇ ਉਹ ਮੁੰਡਾ ਇਸ ਟਾਈਮ ਲਾ ਰਿਹਾ ਗੋਲ ਗੱਪੇ ਤੁਸੀਂ ਕਹਿ ਚਲੇ ਗੋਲ ਗੱਪੇ ਖਾਵਣ ਤੁਹਾਨੂੰ ਨਹੀਂ ਪਤਾ ਲੱਗਣਾ ਦਿਖਦਾ ਕਿ ਨਹੀਂ ਦਿਖਦਾ ਉਹਨੇ ਕੌਲੀ ਤੁਹਾਨੂੰ ਪੂਜ ਤੇ ਫੜਾ ਦੇਣੀ ਹੈ ਉਹਨੇ ਆਲੂ ਪਾ ਤੇ ਪਾਣੀ ਗੋਲ ਗੱਪਾ ਛੱਡ ਦੇਣਾ ਹੈ ਇਹ ਕੌਲੀ ਤੂੰ ਹੀ ਥੱਲੇ ਕਰਨੀ ਜੇ ਥੱਲੇ ਡਿੱਗ ਪਏ ਤਾਂ ਤੁਹਾਡਾ ਕੌਲੀ ਡਿੱਗ ਪਏ ਉਹਨੇ ਤਾਂ ਲੈਣੇ ਨੇ ਇਵੇਂ ਸਰਕਾਰੀ ਸਕੂਲ ਲਾਉਣ ਲੱਗ ਪਿਆ ਚਲਾ ਉਹਨੂੰ ਪੁਰਾਣੀ ਮੈਡਮ ਪਤਾ ਕੀ ਆਉਂਦੀ ਇੱਥੇ ਮੁੰਡਾ ਲਾਉਂਦਾ ਆਈ ਫਾਈ ਗੋਲ ਗੱਪੇ ਉਹਦੀ ਲਿਆ ਕੇ ਆਈ ਫਾਈ ਗੋਲ ਗੱਪੇ ਪਾ ਦੇ ਜਦੋਂ ਆਈਆਂ ਨੇ ਕੌਲੀਆਂ ਫੜਾ ਤੀਆਂ ਰਾਜੂ ਨੇ ਛੱਡਾ ਗੋਲ ਗੱਪਾ ਪੁਰਾਣੀ ਮੈਡਮ ਨੂੰ ਕੌਲੀ ਥੱਲੇ ਕਰ ਲਈ ਉਹਨੂੰ ਪਤਾ ਉਹਨੂੰ ਕੱਢ ਦਿੱਤਾ ਹੈ ਤੇ ਜਦੋਂ ਆਈ ਨਵੀਂ ਮੈਡਮ ਦੀ ਵਾਰੀ ਰਾਜੂ ਨੇ ਛੱਡਾ ਗੋਲ ਗੱਪਾ ਦੇ ਕੱਪੜਿਆਂ ਦਿੱਤਾ ਉਹਦੀ ਬਾਤ ਮੀ ਦਿੱਤਾ ਨਹੀਂ ਉਹ ਪੁਰਾਣੀ ਮੈਡਮ ਪਤਾ ਕੀ ਆਉਂਦੀ ਆਉਂਦੀ ਇਹਨੇ ਛੱਡ ਦੇਣਾ ਕੌਲੀ ਤੂੰ ਥੱਲੇ ਕਰਨੀ ਲੈ 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 ਵੇਖੋ ਜੀ ਤੁਹਾਨੂੰ ਪਤਾ ਰਾਜ ਦੇ ਗਰੀਬ ਹੈ ਸੱਜਾ ਆਟਾ ਚੱਕੀ ਤੇ ਲਿਆ ਵੀਦਾ ਇੱਕ ਟੈਂ ਭੁੱਕੇ ਹੋ ਜਾਵੇ ਤਾਂ ਨੋਟਾਂ ਦੀ ਅੱਗ ਬਾਲੀਦਾ ਅਤੇ ਘਰ ਦੀਆਂ ਕੰਧਾਂ ਉੱਚੀਆਂ ਕੀਤੀਆਂ ਨੇ ਭੁੱਕ ਕਦੇ ਘਰੋਂ ਬਾਹਰ ਨਿਕਲ ਨਹੀਂ ਕਦੇ ਦਿੱਤੀ ਜਮੀਨ ਹੈਗੀ ਹੈ ਮੇਰਾ ਡੈਡੀ ਆਉਂਦਾ ਪੁੱਤਰਾ
ਵੀ ਆਪਾਂ ਮਤੇਰੇ ਬੀਜੀਏ ਮੈਂ ਛੱਡ ਪਰ ਘਾਟਾ ਪਵੇ ਦਾ ਆਹ ਤਾਂ ਨਹੀਂ ਜ਼ਰੂਰੀ ਬੀਜ ਰਹੇ ਨੇ ਅਸੀਂ ਨਾ 2 ਕਿੱਲੇ ਦੇ ਪੰਨੇ ਪੁੰਨੇ ਕੱਢਦੇ ਜਿੰਦਰੇ ਨਾ ਜਿੰਦਰਾ ਸਾਈਡ ਤੇ ਰੱਖਤਾ ਤੇ ਮੇਰਾ ਡੈਡੀ ਆਂਦਾ ਮੈਂ ਚਾਹੇ ਦੂਸਰਾ ਮੋਟਰਸਾਈਕਲ ਰਾਜ ਤੂੰ ਦੋ ਦੀਆਂ ਲਾ ਉਹਨੇ ਸਾਡੀ ਕੈਪਕਰ ਦਾ ਮਤੀਰਿਆਂ ਦਾ ਬੀਜ ਲੈ ਆਂਦਾ ਮਤੀਰੇ ਬੀਜ ਤੇ 2 ਕਿੱਲੇ ਪਾਣੀ ਪੁਣੀ ਲਾਇਆ ਸੇਵਾ ਕੀਤੀ 2 ਕਿੱਲਿਆਂ ਦੇ ਵਿੱਚ ਇੱਕੋ ਵਾਲ ਲੁਕ ਰਹੀ ਮੇਰਾ ਬੁੱਢਾ ਦਾ ਪੁੱਤਰਾ ਇੱਕੇ ਵਾਲ ਦੀ ਸੇਵਾ ਕਰੀਏ ਮੈਂ ਕਰਨੀ ਪੈਣੀ 20-25 ਗੋਡੀਆਂ ਇੱਕੇ ਦਿਹਾੜੀ 'ਚ ਸਪਰੇਵਾਂ ਖਰੇ ਕਿੰਨੀਆਂ ਕਰੀ ਬੜੀ ਸੇਵਾ ਕੀਤੀ ਕਦੇ ਕੱਚੀ ਲੱਸੀ ਪਾ ਉਹ ਵੱਧਦੀ ਵੱਲ ਇੱਕੋ 2 ਕਿੱਲੇ 'ਚ ਖਿਲਰ ਗਈ ਅਗਾਂ ਲੋਕਾਂ ਮਣ ਜਾਵਣ ਲੱਗ ਪਈਆਂ ਸਵੇਰੇ ਮੇਰਾ ਡੈਡੀ ਉੱਠਾ ਪੁੱਤਰਾ ਆਉਂਦਾ ਉੱਠੋ ਸਾਰੀਆਂ ਵੱਲਾਂ ਜਾ ਕਰਕੇ ਮੈਨੇ ਚੱਲੀਆਂ ਜੇ ਤਰੂਦ ਲਿਆਓ ਤਰੂਦ ਲਿਆਂਦੀਆਂ ਉਹਨੂੰ ਮਤੀਰਾ ਲੱਗਾ ਇੱਕ ਵੱਧਾ ਵੱਧਾ ਕੋਠੇ 'ਚ ਮਤੀਰਾ ਹੋ ਗਿਆ ਮੇਰਾ ਡੈਡੀ ਖੰਡੂਰੇ ਮਾਰਦਾ ਪਰ ਕੱਚਾ ਕਿ ਮਿੱਠਾ ਹੈ ਖੱਟਾ ਹੈ ਮੈਂ ਕਿਹਾ ਖੰਡੂਰਿਆਂ ਨਾਲ ਪਤਾ ਨਹੀਂ ਲੱਗਣਾ ਮੈਂ ਲਿਆਂਦਾ ਕਿੱਕਰ ਦਾ ਮੋਹ ਤੇ ਜ਼ੋਰ ਦੀ ਮਾਰਾ ਮੈਂ ਪਾਪਾ ਮਤੀਰਾ ਤਾਂ ਰੱਤਾ ਹੀ ਜਾਂਦਾ ਠੀਕ ਪੁੱਤਰਾ ਅਰੇ ਫੱਜਾ ਕਿ ਟਿੰਡੂ ਟੂੰਡਲੀ ਵੱਢਣ ਵਾਸਤੇ ਟਿੰਡੂ ਲੈ ਆਉਂਦਾ ਮੈਂ ਕਿਹਾ ਟਿੰਡੂ ਟੂੰਡਲੀ ਪੀਣੀ ਉਹਨੂੰ ਮੈਂ ਟੁਰ ਲੈਂਦਾ ਨਹੀਂ ਨਹੀਂ ਜਾਣਾ ਪੈਣਾ ਖੈਰੀ ਮੇਰੀ ਕਿ ਨਹੀਂ ਤਰੂਤ ਲਿਆਂਦੀਆਂ ਵੱਲਾਂ ਆਦੇ ਜਾ ਕਰ ਮੈਨੂੰ ਆਦੇ ਕਿੱਲਿਆਂ 'ਚ ਅਤੇ ਮਤੀਰਾ ਲੱਗਾ ਇੱਕ ਵੱਧਾ ਵੱਧਾ ਕੋਠੇ 'ਚ ਮਤੀਰਾ ਹੋ ਗਿਆ ਅਤੇ ਬੁੱਢਾ ਮੇਰਾ ਖੰਡੂਰੇ ਮਾਰਦਾ ਫਿਰ ਕੱਚਾ ਹੈ ਕਿ ਮਿੱਠਾ ਹੈ ਖੱਟਾ ਹੈ ਅਤੇ ਮੈਂ ਕਿਹਾ ਮੈਂ ਨਹੀਂ ਪਤਾ ਲੱਗਣਾ ਲੈਂਦਾ ਮੈਂ ਕਿੱਕਰ ਦਾ ਮੁੱਢ ਜ਼ੋਰ ਦੀ ਮਾਰਾਂ ਮੈਂ ਮਤੀਰਾ ਦਾ ਰੱਤਾ ਹੀ ਅਰੇ ਬੱਚਾ ਕਿ ਟਿੰਡੂ ਚੁੱਕ ਲੈ ਡੂੰਡਲੀ ਵੱਢਣ ਵਾਸਤੇ ਮੈਂ ਕਿਹਾ ਟਿੰਡੂ ਡੂੰਡਲੀ ਨੂੰ ਲੈਣੀ ਮੈਨੂੰ ਚੜਾ ਗੁੱਸਾ ਮੈਂ ਚੱਕਾ ਬੁੱਢਾ ਮੋੜ ਸਲੋਈ ਰਾਜਦੂਤ ਸੱਚੀ ਗਿਆਕਰ ਦਾ ਪਰ ਠਾਰ ਮੋੜ ਗਿਆ ਉੱਥੇ ਕਿਹਾ ਗਿਆਨੀ ਆਰੇ ਵਾਲਾ ਉਹਦੇ ਕੋਲ ਆਰਾ ਲਿਆਂਦਾ 2 ਮਿੰਟਾਂ ਵਾਲਾ ਅਸੀਂ ਪਿਓ ਪੁੱਤਰ ਲੱਗੇ ਨੇ 6 ਦਿਨ ਲੱਗੇ ਡੂੰਡਲੀ ਵੱਢਣ ਤੇ 5-6 ਬੋਰੀਆਂ ਤਾਂ ਪੂਰਾ ਹੀ ਲੈ ਗਿਆ ਜਦੋਂ ਘਰਾਂ ਦੇ ਮੁੱਢੇ ਲੈ ਗਏ ਅਤੇ ਗੁਹਾੜੇ ਨੇ ਟਾਕੀ ਲਾਈ ਮੰਜੀ ਚੱਡੀ ਅਸੀਂ 15 ਦਿਨ ਸਾਰਾ ਟੱਬਰ ਖਾਂਦੇ ਰਹੇ ਕੇ ਟਾਕੀ ਨੂੰ ਅਤੇ ਜਦੋਂ ਚੜਾਇਆ ਮੀਰ ਖਾਸ ਰੋਡ ਜਾਮ ਲੱਗ ਗਿਆ ਸਰਕਾਰੀ ਬੱਸਾਂ ਉੱਤੋਂ ਦੀ ਆਉਣ ਕਰਨ ਥਾਰੇ ਵਾਲੇ ਪਾਸੋਂ 1 ਵਜੇ ਕਡੂਕਾ ਲਈ ਫਿਰ ਜਵਾਨਾਂ ਪਿੱਛਾ ਲਾਇਆ ਮਾਰਕੀਟ ਫਰਕ ਪੈਂਦਾ ਹੈ ਜਲਾਲਾਬਾਦ ਲੈ ਗਏ ਪਈਏ ਵੇਖਣ ਵੀ ਐਡਾ ਵੱਡਾ ਨਹੀਂ ਮਤੀਰਾ ਲਿਆ ਨਾ ਫੁਟਕਲ ਹੁੰਦਾ ਤਾਂ ਲੈ ਲੈਂਦੇ ਇੱਥੇ ਨਾ ਵਿਕਾ ਹੋਰ ਲੈ ਗਏ ਉੱਥੇ ਵੀ ਨਾ ਵਿਕਾ ਮੈਂ ਕਿਹਾ ਡੈਡੀ ਅਸੀਂ ਕਰੀਏ ਸਿੱਧਾ ਗੰਗਾ ਨਗਰ ਲੈ ਚੱਲ ਉੱਥੇ ਕਪਈਆ ਆ ਗਿਆ ਆਖੇ ਤਾਂ ਇਤਨੀ ਬੜੀ ਮਤੀਰੀ ਕੌਣ ਲੇਗਾ ਮੇਰਾ ਬੁੱਢਾ ਡਾਂਗ ਲੈ ਤੇ ਮਗਰ ਲਾ ਗਿਆ ਆਂਦਾ ਵੀਰੇ ਮਤੀਰੀ ਨਹੀਂ ਮਤੀਰਾ ਹੈ ਮੈਂ ਪਾਪਾ ਤੈਨੂੰ ਨਹੀਂ ਪਤਾ ਹਿੰਦੀ 'ਚ ਮਤੀਰੀ ਜਾਂਦੇ ਨੇ ਮੈਂ ਕਿਹਾ ਆਪਣੀ ਮਤੀਰੀ ਨਹੀਂ ਵਿਕਣੀ ਬਾਜ਼ਾਰ ਵਿੱਚ ਲੈ ਚੱਲ ਜਿਹੜਾ ਆਵੇ ਕਈ ਤਾਂ ਟੱਪਾ ਲਾ ਅੱਜ ਕੇ ਰੁਪਈਆ ਲੈ ਲਈਏ ਕਈ ਤਾਂ ਰੁਪਈਆ ਠੇਕਰਾਂ ਦੀ ਪੂਰੀਆਂ ਭਰੀਆਂ ਗਈਆਂ ਇੱਕ ਵਿਚਾਰਾ ਮਹਾਜਨ ਜਾ ਕਹਿੰਦਾ ਵੀਰੇ ਮਤੀਰਾ ਚਾਹੀਦਾ ਹੈ ਮੈਂ ਕਿਹਾ ਰੋਟੀ ਖਾ ਲਈ ਤੇ ਕਾਲਾ ਬਣਾਇਆ ਮੈਂ ਕਿਹਾ ਫੱਟੇ ਦਰਾ ਦੇ ਰੁਪਈਆ ਤੇ ਕਈ ਤਾਂ ਟੱਪਾ ਆਪੇ ਲਾ ਲੈ ਉਹਨੂੰ ਕਰੇ ਸਿੱਧ ਕਮਾਨ ਨਹੀਂ ਮਤੀਰੇ ਦੇ ਖੰਭ ਉਹਨੇ ਪਹਿਲਾਂ ਪਾਰਟੀ ਗਲੀ ਦੱਸਾਂ ਕੋਈ ਉਹਨੂੰ ਉਹਨੇ ਵੱਡਾ ਮਾਰਾ ਟੱਪਾ ਉੱਤੋਂ ਖੰਭਾਂ ਡਿੱਗ ਪਈਆਂ ਮਤੀਰੇ ਦੇ ਥੱਲੇ ਆ ਗਿਆ ਲੱਤਾਂ ਮਾਰੀ ਜਾਵੇ ਮੇਰਾ ਡੈਡੀ ਉਹਦਾ ਛਿੱਕ ਹੋਵੇ ਤਾਂ ਮਰ ਜਾਵੇ ਦਾ ਉਹਨੂੰ ਕਈਆਂ ਨਾਲ ਖੋਬ ਖੋਬ ਦੇ ਘੱਟਾ ਚੂਹੇ ਤੇ ਰਪੇਚਾ ਜਾਵੇ ਨਿਕਲਾ ਵਿੱਚ ਅਤੇ ਜਿਹੜਾ ਮਤੀਰੇ ਦਾ ਪਾਣੀ ਸੀ ਬਾਜ਼ਾਰ ਡੁੱਬ ਗਏ ਉੱਤੋਂ ਪੁਲਿਸ ਆ ਗਈ ਮੈਂ ਬੰਦਾ ਨਿਕਲ ਚਲੀ ਕੋਈ ਬਾਹ ਨਹੀਂ ਉਹ ਠਿੱਕਰ ਅਜੇ ਪਏ ਨੇ ਮੁੱਕਦੇ ਨਹੀਂ ਪਏ ਉਹ ਤੁਹਾਨੂੰ ਪਤਾ ਹੀ ਹੈ ਮਾਰਕੀਟ ਫਰਕ ਪੈਂਦਾ ਹੈ ਚਲੋ ਠੀਕ ਹੈ ਕੋਈ ਨਾ।